ਲੁਧਿਆਣਾ ਦੇ ਸਥਾਨਕ ਪੈਲਸ ਵਿਖੇ ਮਹਾਵੀਰ ਜੈਨ ਯੁਵਕ ਮੰਡਲ ਵੱਲੋਂ 25ਵਾਂ ਲੋਹੜੀ ਉਤਸਵ ਮਨਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਰੈਸਲਰ ਦ ਗ੍ਰੇਟ ਖਲੀ ਪੁੱਜੇ, ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਬੰਧਕਾਂ ਵੱਲੋਂ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਦੀ ਗ੍ਰੇਟ ਖਲੀ ਨੂੰ ਪਗੜੀ ਪਹਿਨਾਈ ਗਈ। ਖਲੀ ਨੇ ਜਿੱਥੇ ਪ੍ਰਬੰਧਕਾਂ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ, ਉੱਥੇ ਦੇਸ਼ ਵਿਦੇਸ਼ ਵਿੱਚ ਵੱਸਦੇ ਉਹਨਾਂ ਨੇ ਆਪਣੇ ਚਹੇਤਿਆਂ ਨੂੰ ਵੀ ਲੋਹੜੀ ਮੁਬਾਰਕ ਕਿਹਾ। ਇੱਥੇ ਇਹ ਦੱਸ ਦੇਣਾ ਜ਼ਰੂਰੀ ਹੋਵੇਗਾ ਕਿ ਖਲੀ ਦੇ ਨਾਲ ਉਹਨਾਂ ਦੇ ਕਹੇ ਜਾਂਦੇ ਛੋਟੇ ਭਰਾ ਬੱਬੂ ਅਟਵਾਲ ਵੀ ਹਾਜ਼ਰ ਸਨ। ਆਓ ਵੇਖਦੇ ਹਾਂ ਦੀ ਗ੍ਰੇਟ ਖਲੀ ਨੂੰ ਪਗੜੀ ਬੰਨੇ ਜਾਣ ਦੀ ਇੱਕ ਝਲਕ। ਕਿਸ ਤਰ੍ਹਾਂ ਦੇ ਸੋਹਣੇ ਲੱਗਦੇ ਨੇ ਤੁਹਾਡੇ ਆਪਣੇ ਗ੍ਰੇਟ ਖਲੀ? ਲਓ ਜੀ, ਜਿਨ੍ਹਾਂ ਨੂੰ ਦੇਖਣ ਲਈ ਤੁਸੀਂ ਸਾਰੇ ਬੇਤਾਬ ਸੀ, ਖਲੀ ਜੀ ਦੇ ਇੱਕ ਵਾਰੀ ਦਰਸ਼ਨ ਤੁਹਾਨੂੰ ਇੱਥੇ ਕਰਾ ਦਿਆਂਗੇ। ਬਹਿ ਜਾਓ ਸਾਰੇ, ਪਲੀਜ਼ ਸਾਰੇ ਬੈਠ ਜਾਓ। ਖਲੀ ਜੀ ਦਾ ਜੋ ਸਾਡਾ ਇੱਕ ਰੀਤੀ ਰਿਵਾਜ਼ ਹੈ, ਲੋਹੜੀ ਦੇ ਉਸ ਉੱਤੇ ਪਗੜੀ ਬੰਨੀ ਜਾ ਰਹੀ ਹੈ, ਉਸ ਤੋਂ ਬਾਅਦ ਇੱਥੇ ਪਰੇਡ ਕਰਾਤੀ ਜਾਊ। ਚਿੰਤਾ ਨਾ ਕਰੋ, ਉਧਰੋਂ ਦੀ ਸਾਫ਼ ਕਰਾਓ ਪਹਿਲਾਂ, ਉੱਥੇ ਕਿੰਨੇ ਬੰਦੇ ਖੜ੍ਹੇ ਕਿਸੇ ਦੀ ਲੋੜ ਨਹੀਂ। ਕੈਮਰਾਮੈਨ ਫਾਲਤੂ ਕੋਈ ਨਾ ਖੜ੍ਹਾ ਹੋਵੇ ਪਲੀਜ਼, ਚਾਹੇ ਕੋਈ ਵੀ ਆਈ ਪੀ ਹੈ, ਕੋਈ ਮਰਜ਼ੀ ਹੈ, ਉਧਰੋਂ ਦੀ ਸਾਈਨ ਤਾਂ ਕਰਾਓ ਪਲੀਜ਼। ਜਾ ਕੇ ਤੁਸੀਂ ਆਪ ਸਾਫ਼ ਕਰਾਓ, ਉਧਰੋਂ ਦੀ ਕਲੀਅਰ ਕਰਾਓ, ਕੋਈ ਨਾ ਕਰਾਓ। ਵਰਸ਼ੋਂ ਸੇ ਇਹ ਲੋਹੜੀ ਫੰਕਸ਼ਨ ਮਨਾਇਆ ਜਾ ਰਹਾ ਹੈ, ਇਸ ਵਾਰ ਹਮਾਰੀ ਸਿਲਵਰ ਜੁਬਲੀ, ਲੋਹੜੀ ਕੀ ਸਿਲਵਰ ਜੁਬਲੀ ਹੈ। ਔਰ ਇਹ ਵਿਸ਼ੇਸ਼ ਕਾਰਜਕ੍ਰਮ ਔਰ ਪਿਛਲੇ ਕਈ ਵਰਸ਼ੋਂ ਸੇ ਸਭੀ ਪਰਿਵਾਰੋਂ ਕੇ ਸਹਿਯੋਗ ਸੇ ਲੋਹੜੀ ਕਾ ਇਹ ਉਤਸਵ ਸਭਸੇ ਵਧਾਈਆਂ ਲੈਕਰ ਔਰ ਆਪਣੇ ਹੀ ਪਰਿਵਾਰੋਂ ਮੇਂ ਆਪਣੀ ਵਧਾਈਆਂ ਡਾਲਕਰ ਹਮ ਲੋਕ ਮਨਾਤੇ ਹੈ। मैं आज लुधियाना में आया हूं और हम कई दिनों से प्लान बना रहे थे कि भी हम जो ये प्रोग्राम है, जैनियों का प्रोग्राम है, जो एक लोहड़ी का एक त्यौहार मना रहे हैं, जो हमारे पूरे हिंदुस्तान में मनाया जाता है, तो मैं सारे जितने भी अपने ਭਾਈ ਬਹਿਣ ਸਭੀ ਕੋ ਮੈਂ ਬਹੁਤ ਬਹੁਤ ਵਧਾਈ ਦਿੱਤਾ ਹਾਂ ਲੋਹੜੀਓ ਕੀ, ਔਰ ਸਾਰੇ ਜੋ ਮੇਰੇ ਜੈਨ ਭਰਾ ਨੇ ਜਿਨ੍ਹਾਂ ਨੇ ਮੇਰੇ ਕੋ ਯਹਾਂ ਪਰ ਬੁਲਾਇਆ ਹੈ ਲੁਧਿਆਣਾ ਮੇ, ਮਹਾਂਵੀਰ ਮੰਡਲ ਕੀ ਬਹੁਤ ਬਹੁਤ ਮੈਂ ਵਧਾਈ ਦਿੱਤਾ ਸਾਰੇ ਕੋ, ਜਿਨ ਲੋਕ ਨੇ ਯਹਾਂ ਪਰ ਮੇਰੇ ਕੋ ਬੁਲਾਇਆ ਔਰ ਸਭੀ ਲੋਕੋ ਸੇ ਮਿਲਨੇ ਕਾ ਮੌਕਾ ਮਿਲਾ ਔਰ ਬਹੁਤ ਅੱਛਾ ਲਗਾ, ਔਰ ਮੇਰੀ ਓਰ ਸੇ ਔਰ ਸਾਰੀ ਮੇਰੀ ਟੀਮ ਕੀ ਓਰ ਸੇ ਲੋਹੜੀ ਕੀ ਬਹੁਤ ਬਹੁਤ ਵਧਾਈ। ਲੁਧਿਆਣਾ ਤੋਂ ਗੁਰਮੀਤ ਨੇ ਜਗਦੀਪ ਰਿਪੋਰਟ, ਕੈਮਰਾਮੈਨ ਵਿਕਾਸ ਦੇ ਨਾਲ ਫੌਕਸ ਡੋਟ ਪੰਜਾਬੀ, ਹੀਅਰ ਸਿਟੀ ਹੀਅਰ ਨੇਮ।